ਮਖੂ ਦੇ ਨਾਂ ਲੱਗਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਫਰਮਾਨ ਸਿੰਘ ਸੰਧੂ ਦੀ ਅਗਵਾਈ ਵਿੱਚ ਲਾਇਆ ਗਿਆ ਜੀਰਾ ਮਖੂ ਨੈਸ਼ਨਲ ਹਾਈਵੇ 'ਤੇ ਧਰਨਾ। ਪ੍ਰਧਾਨ ਫਰਮਾਨ ਸਿੰਘ ਸੰਧੂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ, ਇਸ ਨੂੰ ਪਾਣੀ ਦੀ ਜ਼ਰੂਰਤ ਹੈ ਅਤੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਕੇਂਦਰ ਸਰਕਾਰ ਨਾਲ ਮਿਲੇ ਹੋਣ ਕਰਕੇ ਜਾਣ ਬੁੱਝ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਖਰਾਬ ਕਰ ਰਹੇ ਹਨ। ਪਾਣੀ ਨਾ ਲੱਗਣ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਸੜ ਕੇ ਸਵਾਹ ਹੋ ਜਾਵੇਗੀ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੋਵੇਗੀ। ਐਸਸੀਐਨ ਵਿਜੇ ਬਾਂਸਲ ਜੀਰਾਂ ਵੱਲੋਂ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਬਿਜਲੀ ਬੋਰਡ ਵੱਲੋਂ ਕੀਤੇ ਗਏ ਐਲਾਨ ਤਹਿਤ ਇੱਕ ਦਿਨ ਛੱਡ ਕੇ ਕਿਸਾਨਾਂ ਨੂੰ 10 ਘੰਟੇ ਮੋਟਰਾਂ ਦੀ ਬਿਜਲੀ ਦਿੱਤੀ ਜਾਵੇਗੀ। ਵਿਸ਼ਵਾਸ ਦਿਵਾਉਣ ਮਗਰੋਂ ਕਿਸਾਨਾਂ ਵੱਲੋਂ ਧਰਨਾ ਚੁੱਕ ਦਿੱਤਾ ਗਿਆ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਉਹ ਸਫਾਈ ਹੋ ਗਈ ਆ ਕਿਉਂਕਿ ਤੁਹਾਡੇ ਅੰਦੋਲਨ ਦੀ ਆਵਾਜ਼ ਪਹੁੰਚੀ ਆ ਉਸ ਥਾਂ ਤੇ, ਤਾਂ ਕਿ ਤੁਸੀਂ ਜਾਗਰੂਕ ਹੋ ਚੁੱਕੇ ਹੋ। ਤੁਹਾਡੀ ਜਾਗਰੂਕਤੀ ਦੇ ਨਾਲ ਬੀਜੇਪੀ ਸਰਕਾਰ ਕੰਬ ਚੁੱਕੀ ਆ, ਉਹ ਥੱਲੇ ਸੂਬੇ ਸਰਕਾਰਾਂ ਨੂੰ ਦਿੱਤਾ ਕਰਦੀ ਆ ਕਿ ਕਿਸਾਨੀ ਅੰਦੋਲਨ ਨੂੰ ਕਿਵੇਂ ਤੁਸੀਂ ਘੇਰੂ ਘੇਰੂ ਕਰਨਾ ਹੈ। ਉਸ ਕਰਕੇ ਆਹ ਜਿਹੜੇ ਬਿਜਲੀ ਦੇ ਕੱਟ ਲੱਗਦੇ ਆ, ਆਹ ਜਿਹੜੀ ਕਰੋਨਾ ਦਾ ਰੌਲਾ ਪੈਂਦਾ ਹੈ, ਇਹਦੀ ਦਹਾਈਆਂ ਸਰਕਾਰ ਪਾਉਂਦੀ ਆ, ਇਹ ਤੁਹਾਨੂੰ ਖਰਾਬ ਕਰਨ ਦੀ ਨੀਅਤ ਨਾਲ ਪਾਉਂਦੀ ਆ। ਕਿਸਾਨੋ, ਤੁਸੀਂ ਇਸ ਚੀਜ਼ ਨੂੰ ਭਾਪ ਲਓ। ਤੁਹਾਨੂੰ ਹੱਕ ਹੁਣ ਪਿਆਰ ਨਾਲ ਨਹੀਂ ਆਪਦੇ ਹਿੱਕ ਦੇ ਜ਼ੋਰ ਤੇ ਲਾਉਣੇ ਪੈਂਦੇ ਆ। ਉਹ ਟਾਈਮ ਗਿਆ ਚਲਾ ਜਦੋਂ ਗਾਂਧੀ ਨੇ ਚਰਖਾ ਕੱਤਿਆ ਸੀ ਅਤੇ ਆਜ਼ਾਦੀ ਹੋਈ ਸੀ, ਆਜ਼ਾਦੀ ਭਗਤ ਸਿੰਘ ਹਣਾ ਨੇ ਦਵਾਈ ਸੀ। ਕਿਉਂਕਿ ਆਪਾਂ ਇਹ ਗੱਲ ਕਰਦੇ ਹਾਂ, ਭਗਤ ਸਰਦਾਰ ਭਗਤ ਸਿੰਘ ਤੇਰੀ ਸੋਚ 'ਤੇ ਅਸੀਂ ਪਹਿਰਾ ਦੇਵਾਂਗੇ। ਜਿਹੜੀ ਭਗਤ ਸਿੰਘ ਦੀ ਸੋਚ ਸੀ ਉਹਦੇ ਤੋਂ ਤੁਸੀਂ ਭਲੀ ਭਾਤ ਜਾਣਦੇ ਹੋ, ਉਹ ਚਰਖਾ ਕੱਤਣ ਵਾਲਿਆਂ ਦੀ ਸੋਚ ਨਹੀਂ ਸੀ, ਉਹ ਭਗਤ ਸਿੰਘ ਦੀ ਸੋਚ ਸੀ। ਉਹਨੇ ਆਪਣੀ ਡਾਂਗ 'ਤੇ ਹਿੱਕ ਦੇ ਜ਼ੋਰ ਉਹਨਾਂ ਦਾ ਬਹਾਨਾ ਹੈ। ਅਸੀਂ ਕਨੇਡਾ ਅਮੈਰੀਕਾ ਨੂੰ ਜਿਹੜੀ ਵੈਕਸੀਨ ਆ ਅਸੀਂ ਉਹ ਫਰੀ ਦੇ ਰਹੇ ਹਾਂ, ਅਤੇ ਭਾਰਤ ਦੇ ਵਿੱਚ ਅਸੀਂ ਉਹ ਵੈਕਸੀਨ ਅਸੀਂ ਕਹਿੰਦੇ ਜੀ ਇਹ ਮੁਲਾਜ਼ਮ ਤਬਕਾ ਲਾਵੇਗਾ, ਇਹ 65-70 ਸਾਲ ਦਾ ਲਾਊਗਾ। ਕੀ ਗੱਲ ਜੇ ਸਾਡੇ ਹਿੰਦੁਸਤਾਨੀਆਂ ਲਈ ਸਾਡਾ ਆਪਣਾ ਮੁਲਕ ਹੈ, ਸਾਡੇ ਪੈਸੇ ਨਾਲ ਵੈਕਸੀਨ ਤਿਆਰ ਹੋਈ ਆ, ਸਾਨੂੰ ਕਿਉਂ ਨਹੀਂ ਲੱਗਦੀ? ਕਿਉਂਕਿ ਕੀ ਗੱਲ, ਸਾਡੀ ਜਾਨ ਕੀਮਤੀ ਨਹੀਂ ਗੀ? ਇਹੋ ਜਿਹੀਆਂ ਸਰਕਾਰ ਦੀਆਂ ਵੱਧ ਇਹ ਜੀ ਸਾਡੀ ਮਜਬੂਰੀ ਆ ਧਰਨਾ ਲਾਉਣਾ, ਕਿਉਂਕਿ ਸਾਡੀ ਪੁੱਤਾਂ ਵਰਗੀ ਫਸਲ ਫਾਲੀ ਜਿਹੜੀ ਸਾਡੇ ਸਾਹਮਣੇ ਸੁੱਕੀ ਜਾ ਰਹੀ ਆ। ਪਿਛਲੇ 15 ਦਿਨਾਂ ਤੋਂ ਅਸੀਂ ਜ਼ਬਾਨੀ ਗੁਲਾਮੀ ਇਹਨਾਂ ਨੂੰ ਮਹਿਕਮੇ ਨਾਲ ਅਸੀਂ ਗੱਲ ਕਰ ਰਹੇ ਸਾਂ, ਵੈਕਸੀਨ ਸਾਹਿਬ ਨਾਲ, SDO ਸਾਹਿਬ ਨਾਲ, JE ਸਾਹਿਬ ਨਾਲ, ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਅੱਜ ਤੋਂ 3 ਦਿਨ ਪਹਿਲਾਂ ਅਸੀਂ ਇਹਨੂੰ ਰਿਟਰਨ ਦੇ ਵਿੱਚ ਲਿਖ ਕੇ ਵੀ ਦਿੱਤਾ ਵੀ ਸਾਡੀ ਫਸਲ ਜਿਹੜੀ ਉਹ ਖਰਾਬ ਹੁੰਦੀ ਜਾ ਰਹੀ ਹੈ ਅਤੇ ਸਾਡੇ ਧਿਆਨ ਦਿੱਤਾ ਜਾਵੇ। ਇਹ ਸਾਡੇ ਇੱਧਰ ਫਤਿਹਗੜ੍ਹ ਸਭਰਾ ਗੱਟਾ ਬਾਦਸ਼ਾਹ ਰੋਡੇ ਵਾਲਾ ਜੱਲੇ ਵਾਲਾ ਤਕਰੀਬਨ ਦਰਿਆ ਬੈਡ ਦੇ 20 ਪਿੰਡਾਂ ਦੀ ਦਰਿਆ ਦੇ ਏਰੀਆ 'ਚ ਪੈਲੀ ਪੈਂਦੀ ਆ। ਬਾਕੀ ਇਹ ਮਸਲਾ ਪੂਰੇ ਪੰਜਾਬ ਦਾ ਹੀ ਆ, ਕਿਉਂਕਿ ਇਹ ਕੱਟ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੀ ਲੱਗਣ ਡਿਆ, ਅਤੇ ਸਾਨੂੰ ਜਿਹੜੀਆਂ ਮਜਬੂਰੀਆਂ ਵਾ ਇਹ ਲੈ ਕੇ ਧਰਨੇ ਵਾਸਤੇ ਇੱਥੇ ਆਏ ਹਾਂ। ਇਹ ਸਾਡੀ ਮਜਬੂਰੀ ਆ, ਸਰਕਾਰ ਸਮਝੇ ਨਹੀਂ ਤਾਂ ਇਹਨਾਂ ਨੂੰ, ਕਿਉਂਕਿ ਜਿਹੜਾ ਅੰਦੋਲਨ ਆ ਇਹ ਅਸੀਂ ਪਿਛਲੇ 8 ਮਹੀਨਿਆਂ ਤੋਂ ਅੰਦੋਲਨ ਦੇ ਵਿੱਚ ਹੀ ਹਾਂ। ਇਹਨਾਂ ਸਰਕਾਰਾਂ ਨੂੰ ਹੁਣ ਤੱਕ ਸਮਝ ਲੈਣੀ ਚਾਹੀਦੀ ਸੀ ਇਹ ਗੱਲ ਵੀ ਇਹ ਕਿਸਾਨ ਜਿਹੜੇ ਅੱਗੇ ਵਾਲੇ ਬੇਵਕੂਫ ਕਿਸਾਨ ਨਹੀਂ ਰਹੇ, ਇਹਨਾਂ ਨੂੰ ਸਮਝ ਆ ਚੁੱਕੀ ਆ, ਪਰ ਇਹ ਫਿਰ ਵੀ ਨਹੀਂ ਸਮਝਣ ਡਏ। ਉਹ ਸਮਝ ਲਾਉਣ ਵਾਸਤੇ ਸਾਨੂੰ ਇੱਥੇ ਮਜਬੂਰੀ ਦੇ ਵਿੱਚ ਸਾਨੂੰ ਇੱਥੇ ਆ ਕੇ ਸੜਕ 'ਤੇ ਬੈਠਣਾ ਪਿਆ, ਕਿਉਂਕਿ ਅੱਗੇ ਡੀਜ਼ਲ ਥੋੜ੍ਹਾ ਘੱਟ ਰੇਟ ਸੀਗਾ, ਅਸੀਂ ਕੁਛ ਆਪਦਾ ਡੀਜ਼ਲ ਬਾਲ ਕੇ ਜਾਂ ਹੋਰ ਕੋਈ ਤਰੀਕਾ ਕਰਕੇ ਫਸਲਾਂ ਪਾਲ ਲੈਂਦੇ ਹਾਂ। ਹੁਣ ਡੀਜ਼ਲ ਜਿਹੜਾ ਉਹ ਵੀ ਸਰਕਾਰ ਨੇ ਸਾਡੀ ਪਹੁੰਚ ਤੋਂ ਦੂਰ ਕਰਤਾ, ਹੁਣ ਅਸੀਂ ਡੀਜ਼ਲ ਜੇ ਬਾਲਦੇ ਹਾਂ ਤਾਂ ਸਾਡੀ ਸਾਰੀ ਫਸਲ ਉੱਥੇ ਹੀ ਲੱਗ ਜਾਂਦੀ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ, ਉੱਥੇ ਵੀ ਇੱਕ ਬੰਨੇ ਤਾਂ ਸਾਨੂੰ ਮੋਦੀ ਦਿੱਲੀ ਸਰਕਾਰ ਮਾਰੀ ਜਾਂਦੀ ਆ, ਅਤੇ ਜਿਹੜੀ ਪੰਜਾਬ ਸਰਕਾਰ ਪੰਜਾਬ ਦਾ ਹੈ ਤਾਂ ਐਸੀ ਮੰਨਦੀ ਆ, ਉਹ ਕੰਮ ਸੋ ਕੰਮ ਸਾਡਾ ਖਿਆਲ ਰੱਖੇ, ਇਹਨਾਂ ਜਿਹੜੇ ਗੂੰਗੇ ਬਹਿਰੇ ਉਸਰ ਇਹਨਾਂ ਦੇ ਕੰਨਾਂ ਤੱਕ ਉਹ ਗੱਲ ਪਹੁੰਚਾਵੇ, ਅਤੇ ਸਾਡਾ ਜਿਹੜਾ ਅੰਦੋਲਨ ਆ ਉਹ ਸਾਨੂੰ ਅੰਦੋਲਨ ਕਰਨ ਦਾ ਕੋਈ ਸ਼ੌਂਕ ਨਹੀਂਗਾ, ਇਹ ਸਾਡੀਆਂ ਮਜਬੂਰੀਆਂ ਵਾ ਜੀ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਅਸੀਂ ਆਗੂ ਹੋਣ ਕਾਰਨ ਅਸੀਂ ਬੱਤੀ ਵਾਲਿਆਂ ਨੂੰ, ਬਿਜਲੀ ਬੋਰਡ ਨੂੰ ਅਸੀਂ ਜੀਰੇ ਵੀ ਗਏ ਹਾਂ, ਜੀਰੇ ਵੀ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਇਸ ਚੀਜ਼ 'ਤੇ ਨਾ ਮਜਬੂਰ ਕੀਤਾ ਜਾਵੇ ਵੀ ਸਾਨੂੰ ਰੋਡ ਜਾਮ ਕਰਨੇ ਪੈਣ, ਜਨਤਾ ਬੇਵਜ੍ਹਾ ਤੋਂ ਖਰਾਬ ਹੋਵੇ, ਪਰ ਇਹਨਾਂ ਫਰਵਾਸ਼ ਨੇ ਕੋਈ ਵੀ ਸਾਡੀ ਸਾਰ ਨਹੀਂ ਲਈ, ਕਿਸੇ ਅਫਸਰ ਨੇ ਸਾਡੀ ਸੁਣਵਾਈ ਨਹੀਂ ਕੀਤੀ। ਫਿਰ ਵੀ ਅੱਜ ਅਸੀਂ ਅਫਸਰਾਂ ਨੂੰ ਮੰਗ ਪੱਤਰ ਦਿੱਤਾ ਵੀ ਸਾਡੀ ਕੋਈ ਅਸੀਂ ਦਿੱਤਾ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਅੱਜ ਫਿਰ ਉਹਨਾਂ ਫਿਰ ਵੀ ਅਫਸਰਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਫਿਰ ਅਸੀਂ ਫਤਿਹਗੜ੍ਹ ਸਭਰਾ ਬਿਜਲੀ ਘਰ ਦੇ ਵਿੱਚ ਅਸੀਂ ਧਰਨਾ ਦਿੱਤਾ, ਉੱਥੇ ਵੀ 11 ਵਜੇ ਤਾਂ ਹੀ ਧੁੱਪੇ ਸੰਗਤਾਂ ਬੈਠੀਆਂ ਰਹੀਆਂ ਸਾਰੀਆਂ, ਕਿਸੇ ਅਫਸਰ ਨੇ ਸਾਡੀ ਗੱਲ ਨਹੀਂ ਸੁਣੀ। ਫਿਰ ਅਸੀਂ ਮਹੂ ਆਣ ਕੇ ਫਿਰ ਇੱਥੇ ਰੋਡ ਜਾਮ ਕੀਤਾ ਜੀ। ਜੇ ਸਾਡੀ ਫਿਰ ਵੀ ਅਫਸਰਾਂ ਨੇ ਕੋਈ ਗੱਲ ਨਾ ਸਾਡੀ ਸੁਣੀ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਜੀ। ਕਹਿਣਾ ਚਾਹੁੰਦਾ ਸਾਡੀ ਜਾ ਕੇ ਫਸਲ ਵੇਖੀ ਜਾਵੇ, ਸੁੱਕਣ ਦੀ ਆ ਥਾੜ ਏਰੀਏ 'ਚ, ਜਦੋਂ ਬੱਤੀ ਆਉਂਦੀ 1-2 ਘੰਟੇ ਲਾਈਟ ਚੱਲਦੀ ਆ ਉਦੋਂ ਪਾਵਰ ਕੱਟ ਲਾ ਦਿੰਦੇ ਆ,
ਅਸੀਂ ਬਹੁਤ ਦੁਖੀ ਹੋਏ ਪਏ ਹਾਂ ਸਰਕਾਰ ਤੋਂ। ਅਸੀਂ ਕਹਿਣਾ ਚਾਹੁੰਦੇ ਹਾਂ ਸਾਨੂੰ ਜਿਹੜੀ ਪਾਵਰ ਕੱਟ ਆ ਉਹ ਬੰਦ ਕੀਤੀ ਜਾਵੇ ਅਤੇ ਸਾਨੂੰ ਬੱਤੀ ਪੂਰੀ ਲਾਈਟ ਦਿੱਤੀ ਜਾਵੇ। 8 ਘੰਟੇ ਲਾਈਟ ਦੀ ਥਾਂ 2 ਘੰਟੇ ਲਾਈਟ ਚੱਲਦੀ ਆ, ਬਸ ਸਾਰਾ ਦਿਨ ਲਾਈਟ ਮੁੜ ਕੇ ਬੰਦ ਰਹਿੰਦੀ ਆ। ਕਹਿੰਦੇ ਆ ਵੀ ਜਦੋਂ ਅਸੀਂ ਜਾਂਦੇ ਹਾਂ ਫਤਿਹਗੜ੍ਹ ਸਭਰਾ ਬਿਜਲੀ ਘਰ ਦੇ ਵਿੱਚ, ਕਹਿੰਦੇ ਆ ਪਾਵਰ ਕੱਟ ਆ ਗਈ ਆ। ਅਸੀਂ ਫਿਰ ਆ ਕੇ ਜਾ ਕੇ ਆਉਂਦੇ ਆ, ਹੁਣ ਚਲਾ ਦਿੱਤੀ ਆ, 2-2 ਘੰਟੇ ਚਲਾ ਕੇ ਮੁੜ ਕੇ ਪਾਵਰ ਕੱਟ ਆ ਜਾਂਦੀ ਇਹਨਾਂ ਦੀ। ਅਸੀਂ ਬੜੇ ਦੁਖੀ ਹੋਏ ਪਏ, ਇਸ ਕਰਕੇ ਅਸੀਂ ਧਰਨਾ ਲਾਇਆ। ਪਹਿਲਾਂ ਫਤਿਹਗੜ੍ਹ ਸਭਰਾ ਧਰਨਾ ਲਾਇਆ, ਹੁਣ ਅਸੀਂ ਇੱਥੇ ਆ ਕੇ ਰੋਡ ਦੇ ਉੱਤੇ ਧਰਨਾ ਲਾ ਕੇ ਬੈਠੇ ਹਾਂ। ਸਾਡੀ ਕਿਸੇ ਦੇ ਅਫਸਰ ਨੇ ਆ ਕੇ ਅੱਜ ਤੱਕ ਗੱਲ ਨਹੀਂ ਸੁਣੀ। ਜੇ ਨਾ ਸੁਣੀ ਅਫਸਰ ਨੇ, ਅਸੀਂ ਰੇਲਵੇ ਟਰੈਕ ਵੀ ਬੰਦ ਕਰਾਂਗੇ, ਹੋਰ ਇਸ ਤੋਂ ਸਾਰੇ ਰੋਡ ਬਾਰ ਬੰਦ ਕੀਤੇ ਜਾਣਗੇ। ਕਿਉਂਕਿ ਲੋਕਾਂ ਦੀ ਮੰਗ ਸੀ ਕਿ ਜਿਹੜੀਆਂ ਮੋਟਰਾਂ ਵਾਲੀ ਲਾਈਟ ਆ ਸਰਕਾਰ ਖੱਜਲ ਖਰਾਬ ਕਰ ਰਹੀ ਆ, ਕਿਉਂਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਇਹ ਸਰਕਾਰ ਸੈਂਟਰ ਸਰਕਾਰ ਦੀਆਂ ਨੀਤੀਆਂ 'ਤੇ ਚੱਲਦੀ ਆ। ਕਿਉਂਕਿ ਕਿਸਾਨਾਂ ਨੂੰ ਇੱਥੇ ਪਜਲ ਕਰੀਏ ਅਤੇ ਲਾਈਟ ਨਾ ਦਈਏ, ਕਿਉਂਕਿ 1 ਮਿੰਟ ਤਾਂ ਦਾਅਵਾ ਕਰਦੇ ਕਿ ਸਾਡੇ ਕੋਲ 24 ਘੰਟੇ ਲਾਈਟ ਦੇਣ ਦੀ ਸਮਰੱਥਾ ਹੈ। ਦੂਜੇ ਬੰਨੇ ਮੋਟਰਾਂ ਦੀ ਲਾਈਟ ਬਿਲਕੁਲ ਹੈ ਨਹੀਂ ਗੀ, ਕਿਉਂਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਦਰਿਆਈ ਕੰਢਿਆਂ 'ਤੇ ਆ, ਜਿਹੜਾ ਰੇਤਲਾ ਇਲਾਕਾ ਹੈ, ਕਿਉਂਕਿ ਜੇ ਅੱਜ ਦੇ ਦਿਨਾਂ ਵਿੱਚ ਉਹਨਾਂ ਨੂੰ ਪਾਣੀ ਨਾ ਲੱਗੇ ਤਾਂ ਜਿਹੜੀ ਉਹ ਕਣਕ ਹੈ ਉਹ ਭੜਕਦੀ ਆ, ਕਿਉਂਕਿ ਪਾਣੀ ਦੇ ਨਾਲ ਹੀ ਕਣਕ ਦਾ ਬਚਾਅ ਹੋਣਾ, ਕਿਉਂਕਿ ਦਾਣਾ ਪੈਣ ਵਾਲਾ ਹੈ। ਜੇ ਕਣਕ ਨੂੰ ਅੱਜ ਪਾਣੀ ਦੀ ਲੋੜ ਪਊਗੀ ਤਾਂ ਉਹ ਦਾਣਾ ਪਊਗਾ ਅਤੇ ਮੋਟਾ ਹੋਊਗਾ ਅਤੇ ਕਿਸਾਨ ਜਿਹੜਾ ਉਹਦੇ 'ਚ ਸਫਲ ਹੋਊਗਾ, ਨਹੀਂ ਤਾਂ ਕਣਕ ਜਿਹੜੀ ਸੋਕੇ ਦੀ ਮਾਰੀ ਫਿਰ ਉਹ ਬਰੀਕ ਦਾਣੇ 'ਚ ਰਹਿ ਕੇ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੈ। ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਸਾਨੂੰ 8-10 ਘੰਟੇ ਦੀ ਲਾਈਟ ਇਹਨਾਂ ਨੇ ਪ੍ਰੋਟੋਕਾਲ ਦੇ ਮੁਤਾਬਕ ਦਿੱਤੀ ਆ, ਉਹ ਨਿਰਵਿਘਨ ਲਾਈਟ ਦਿੱਤੀ ਜਾਵੇ। ਕਿਉਂਕਿ ਜੇ 2 ਘੰਟੇ ਲਾਈਟ ਚੱਲਦੀ ਆ ਅਤੇ ਉਹਦੇ ਵਿੱਚ 8 ਘੰਟੇ ਕੱਟ ਆ, ਕਹਿ ਦਿੰਦੇ ਅਸੀਂ 10 ਘੰਟੇ ਲੇਟ ਦਿੱਤੀ ਹੈ, 1 ਦਿਨ ਛੱਡ ਕੇ ਦਿੰਦੇ ਹਾਂ। ਜਿਹੜਾ ਪ੍ਰੋਟੋਕਾਲ ਇਹਨੂੰ ਬਦਲਿਆ ਜਾਵੇ, ਕਿਉਂਕਿ ਸਰਕਾਰ ਦੀ ਅਫਸਰਸ਼ਾਹੀ ਦੀ ਇਹ ਹੈਂਕੜਬਾਜ਼ੀ ਆ ਕਿ ਸਵੇਰੇ 8 ਵਜੇ ਦਾ ਧਰਨਾ ਲੱਗਾ ਹੈ, ਸਰਕਾਰ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਇੱਥੇ ਨਹੀਂ ਪਹੁੰਚਿਆ। ਨਾ ਵਿਸ਼ਵਾਸ ਦਵਾਇਆ ਵੀ ਅਸੀਂ ਪਾਵਰ ਸਪਲਾਈ ਜਿਹੜੀ ਆ ਬਿਨਾਂ ਕੱਟ ਚਲਵਾਵਾਂਗੇ।